ਪੁਲਿਸ ਨੇ ਗੈਰ ਕਾਨੂੰਨੀ ਸਪਾ ਸੈਂਟਰਾਂ 'ਤੇ ਛਾਪਾ ਮਾਰਿਆ, ਜਿੱਥੇ ਦੋ ਥਾਈ ਕੁੜੀਆਂ ਨੇ 5ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਤੁਹਾਨੂੰ ਦੱਸ ਦਈਏ ਕਿ ਸਪਾ ਸੈਂਟਰ 'ਤੇ ਪੁਲਿਸ ਦੀ ਛਾਪੇਮਾਰੀ ਦੌਰਾਨ ਥਾਈਲੈਂਡ ਦੀਆਂ ਦੋ ਕੁੜੀਆਂ ਨੇ ਕਥਿਤ ਤੌਰ 'ਤੇ ਇੱਕ ਹੋਟਲ ਦੇ ਵਿੱਚ ਚਲਾਏ ਜਾ ਰਹੇ ਗੈਰ ਕਾਨੂੰਨੀ ਸਪਾ ਸੈਂਟਰ ਦੀ 5ਵੀਂ ਮੰਜ਼ਿਲ ਤੋਂ, ਜੋ ਹੈ ਨੇੜਲੀ ਇਮਾਰਤ 'ਤੇ 3ਜੀ ਮੰਜ਼ਿਲ 'ਤੇ ਛਾਲ ਮਾਰ ਦਿੱਤੀ। ਜ਼ਖਮੀ ਲੜਕੀਆਂ ਦੇ ਕਈ ਫ੍ਰੈਕਚਰ ਹੋ ਗਏ ਨੇ ਅਤੇ ਫਿਲਹਾਲ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ। ਹੋਟਲ ਅੰਤਰਰਾਜੀ ਬੱਸ ਟਰਮੀਨਲ ਦੇ ਨੇੜੇ ਸਥਿਤ ਹੈ। ਦੋ ਜ਼ਖਮੀਆਂ ਤੋਂ ਇਲਾਵਾ ਪੁਲਿਸ ਨੇ ਮੌਕੇ 'ਤੇ 3 ਹੋਰ ਥਾਏ ਦੀਆਂ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਹੋਟਲ ਮਾਲਕ ਅਤੇ ਸਪਾ ਸੈਂਟਰ ਮੈਨੇਜਰ ਕਥਿਤ ਤੌਰ 'ਤੇ ਸਪਾ ਸੈਂਟਰ ਦੀ ਆੜ ਦੇ ਵਿੱਚ ਦੇ ਵਪਾਰ ਦਾ ਧੰਦਾ ਚਲਾ ਰਹੇ ਸਨ। ਹੋਟਲ ਅੰਤਰਰਾਜੀ ਬੱਸ ਟਰਮੀਨਲ ਦੇ ਨੇੜੇ ਸਥਿਤ ਹੈ। ਦੋ ਜ਼ਖਮੀ ਜੋ ਥਾਏ ਦੀਆਂ ਕੁੜੀਆਂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਉਹ ਜ਼ੇਰੇ ਇਲਾਜ ਨੇ, ਪਰ ਇਸ ਮੌਕੇ 3 ਹੋਰ ਥਾਈਲੈਂਡ ਦੀਆਂ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਕਿ ਦੇ ਵਪਾਰ ਦਾ ਧੰਦਾ ਚਲਾ ਰਹੀਆਂ ਸਨ। ਪੁਲਿਸ ਮੁਤਾਬਕ ਹੋਟਲ ਮਾਲਕ ਅਤੇ ਸਪਾ ਸੈਂਟਰ ਮੈਨੇਜਰ ਕਥਿਤ ਤੌਰ 'ਤੇ ਸਪਾ ਸੈਂਟਰ ਦੀ ਆੜ ਦੇ ਵਿੱਚ ਦੇ ਵਪਾਰ ਦਾ ਧੰਦਾ ਹੀ ਚਲਾ ਰਹੇ ਸਨ। ਤੁਹਾਨੂੰ ਦੱਸ ਦਈਏ ਕਿ ਗੁਰਬਿੰਦਰ ਸਿੰਘ ਨੇ ਇਸ ਮਾਮਲੇ 'ਤੇ ਗੱਲ ਕਰਦੇ ਦੱਸਿਆ ਕਿ ਅਸੀਂ ਅਨੈਤਿਕਤਾ ਤਸਕਰੀ ਐਕਟ ਦੀ ਧਾਰਾ 3, 4 ਅਤੇ 5 ਤੋਂ ਇਲਾਵਾ ਥਾਏ ਕੁੜੀਆਂ ਸਪਾ ਸੈਂਟਰ ਦੇ ਮੈਨੇਜਰ ਸਿਮਰਨਜੀਤ ਤੋਂ ਇਲਾਵਾ ਮਾਲਕ ਮਨੀਸ਼, ਅਜੇ, ਸਾਜਨ ਅਤੇ ਜਗਦੀਪ ਵਿਰੁੱਧ ਵਿਦੇਸ਼ੀ ਐਕਟ ਦੀ ਧਾਰਾ 14 ਦੇ ਤਹਿਤ ਮਾਮਲਾ ਦਰਜ ਕਰ ਲਿਆ। ਉੱਥੇ ਤੁਹਾਨੂੰ ਦੱਸ ਦਈਏ ਕਿ ਅਗਲੇਰੀ ਕਾਰਵਾਈ ਵੀ ਜੋ ਹੈ ਜਾਰੀ ਹੈ। ਪੁਲਿਸ ਦੇ ਮੁਤਾਬਕ 9:30 ਦੇ ਕਰੀਬ ਘਟਨਾ ਵਾਪਰਨ ਤੋਂ ਪਹਿਲਾਂ ਪੁਲਿਸ ਮੁਸਤੈਦੀ ਬਣੀ ਹੋਈ ਸੀ। ਇਹ ਘਟਨਾ ਦਾ ਵੀਡੀਓ, ਜਿਸ ਦੇ ਵਿੱਚ ਦੋ ਲੜਕੀਆਂ ਨੂੰ ਸਟ੍ਰੈਚਰ 'ਤੇ ਐਂਬੂਲੈਂਸ ਦੇ ਵਿੱਚ ਲਿਜਾਇਆ ਜਾ ਰਿਹਾ, ਇੱਕ ਵੀਡੀਓ ਵੀ ਸਾਹਮਣੇ ਆਈ ਸੀ। ਤੁਹਾਨੂੰ ਦੱਸ ਦਈਏ ਕਿ ਦੇ ਵਪਾਰ ਦਾ ਧੰਦਾ ਚੱਲ ਰਿਹਾ ਸੀ ਸਪਾ ਸੈਂਟਰ ਦੀ ਆੜ ਦੇ ਵਿੱਚ, ਜਿਸ ਦਾ ਪੁਲਿਸ ਨੇ ਪਰਦਾਫਾਸ਼ ਕੀਤਾ। ਅਤੇ ਜਦੋਂ ਪੁਲਿਸ ਮੌਕੇ 'ਤੇ ਪਹੁੰਚ ਕੇ ਰੇਡ ਕਰਦੀ ਹੈ, ਪਤਾ ਲਗਾਉਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਦੋ ਥਾਏ ਦੀਆਂ ਕੁੜੀਆਂ 5ਵੀਂ ਮੰਜ਼ਿਲ ਤੋਂ ਹੋਰ ਕਿਸੇ ਇਮਾਰਤ ਦੀ 3ਜੀ ਮੰਜ਼ਿਲ 'ਤੇ ਛਾਲ ਮਾਰ ਦਿੰਦੀਆਂ ਨੇ, ਜਿਸ ਕਾਰਨ ਉਹਨਾਂ ਦੇ ਕਈ ਫ੍ਰੈਕਚਰ ਆਉਂਦੇ ਨੇ, ਕਈ ਚੋਟਾਂ ਲੱਗਦੀਆਂ ਨੇ, ਤਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਇਲਾਵਾ 3 ਹੋਰ ਥਾਏ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਮਾਮਲੇ ਦੀ ਪੂਰੀ ਜਾਂਚ ਪੜਤਾਲ ਜੋ ਹੈ ਪੁਲਿਸ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। ਪੁਲਿਸ ਨੇ ਉੱਥੋਂ ਲੜਕੀਆਂ ਸਮੇਤ, ਥਾਏ ਦੀਆਂ ਕੁੜੀਆਂ ਸਮੇਤ 10 ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਅਤੇ ਉਹਨਾਂ ਦੇ ਉੱਤੇ ਵੀ ਮਾਮਲਾ ਦਰਜ ਕੀਤਾ ਗਿਆ।